ਅੱਜ ਕੀ ਲੋਕ ਬਹੁਤ ਸੁਚੇਤ ਹੋਏ ਹੋਏ ਆਂ ਸੈਂਟਰ ਦੀ ਲੁੱਟ ਤੋਂ ਬਹੁਤ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਲੋਕ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਡੇ ਹੱਕਾਂ ਦਾ ਲੁੱਟ ਹੋਇਆ ਉਸ ਤੋਂ ਸੁਚੇਤ ਆਂ ਕੋਈ ਕਹਿੰਦਾ 2000 ਰੁਪਇਆ ਔਰਤਾਂ ਨੂੰ ਦੇ ਦਾਂਗਾ ਕੋਈ ਕਹਿੰਦਾ ਸਿਲੰਡਰ ਦੇ ਦਾਂਗਾ ਕੋਈ ਕਹਿੰਦਾ ਕਿ ਸਵਾਰ ਕਣਕ ਆਟੇ ਦਾਲ ਤੋਂ ਬਾਅਦ ਜਿਹੜਾ ਹੈ ਮੈਂ ਲੋਕਾਂ ਨੂੰ ਆਲੂ ਦੇ ਦਾਂਗਾ ਤਾਂ ਇਹ ਜਿਹੜੇ ਜ਼ਮੀਨੀ ਪੱਦਰ ਤੇ ਲੋਕਾਂ ਦੇ ਨਾਲ ਵਾਦੇ ਹੋਣੇ ਚਾਹੀਦੇ ਸੀ ਉਹ ਕਿਸ ਤਰੀਕੇ ਦੇ ਨਾਲ ਵਾਦੇ ਹੋਣੇ ਚਾਹੀਦੇ ਪਰ ਸਵਾਲ ਇਹ ਉੱਠਦਾ ਹੈਗਾ ਕਿ ਪੰਜਾਬ ਦੇ ਸਾਧਨ ਤਾਂ ਹੈ ਨਹੀਂ 30 ਲੱਖ ਤੋਂ ਉੱਤੇ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੋਇਆ ਹੈ ਜਿਹੜੇ ਮੁਲਾਜ਼ਮਾਂ ਉਹਨਾਂ ਦੀਆਂ ਤਨਖਾਹਾਂ ਟਾਈਮ ਸਿਰੇ ਨਹੀਂ ਆ ਰਹੀਆਂ ਹੈਗੀਆਂ ਤੇ ਦਿੱਲੀ ਨੂੰ ਜਾ ਕੇ ਸਪਸ਼ਟ ਰੂਪ ਚ ਕਹਿਣਾ ਕਿ ਸਾਡੇ ਹੱਕਾਂ ਦੇ ਉੱਤੇ ਅਸੀਂ ਆਪਣਾ ਪੈਰਾ ਰੱਖਾਂਗੇ ਤੇ ਸਾਨੂੰ ਆਪਣਾ ਬਣਦਾ ਹਿੱਸਾ ਇਸ ਨੂੰ ਮਿਲਣਾ ਚਾਹੀਦਾ ਹੈ ਸਿੱਖ ਪੰਥ ਦੀ ਦਾਨਸ਼ਮੰਦ ਸ਼ਖਸੀਅਤ ਸਰਦਾਰ ਸਿਮਰਜੀਤ ਸਿੰਘ ਦਾ ਨਾਮ ਜਿਹੜਾ ਹੈ ਉਹਨਾਂ ਦੇ ਮਹਾਨ ਰੁੱਤਬਿਆਂ ਦਾ ਸਦਕਾ ਔਰ ਉਹਨਾਂ ਦੇ ਤਿਆਗ ਦਾ ਸਦਕਾ ਸਦਾ ਹੀ ਚਮਕਦਾ ਰਹੇਗਾ 2022 ਵਿਧਾਨ ਸਭਾ ਚੋਣਾਂ ਦਾ ਸਮਾਂ ਹੈ ਵੱਖ-ਵੱਖ ਰਜਿਤੀ ਪਾਰਟੀਆਂ ਦੇ ਵੱਲੋਂ ਪਿੰਡਾਂ ਦੇ ਵਿੱਚ ਚੋਣ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਨੇ ਪਰ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਆ ਔਰ ਸਰਦਾਰ ਸਿਮਰਜੀਤ ਸਿੰਘ ਜੀ ਦੇ ਮਾਨ ਸਾਹਿਬ ਦੇ ਬੇਟੇ ਸਰਦਾਰ ਈਮਾਨ ਸਿੰਘ ਮਾਨ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਨ ਸਾਹਿਬ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਜਿੱਥੇ ਰਵਾਇਤੀ ਪਾਰਟੀਆਂ ਦੇ ਵੱਲੋਂ ਲਗਾਤਾਰ ਪ੍ਰਚਾਰ ਮੁਹਿੰਮਾਂ ਵਿੱਡੀਆਂ ਜਾ ਰਹੀਆਂ ਨੇ ਤਾਂ ਜੇ ਤੁਹਾਡੀ ਗੱਲ ਕਰਕੇ ਦੇਖਣੀ ਹੋਵੇ ਜਾਂ ਪੂਰੇ ਮਾਨ ਦਲ ਦੇ ਜਿੰਨੇ ਵੀ ਕੈਂਡੀਡੇਟ ਵੱਖ-ਵੱਖ ਹਲਕਿਆਂ ਦੇ ਵਿੱਚ ਨੇ ਲੋਕਾਂ ਦਾ ਸਮਰਥਨ ਕਿਵੇਂ ਦਾ ਆ ਐਤਕੀ ਲੋਕ ਬਹੁਤ ਸੁਚੇਤ ਹੋਏ ਹੋਏ ਆ ਸੈਂਟਰ ਦੀ ਲੁੱਟ ਤੋਂ ਉਹ ਬਹੁਤ ਤਜਰਬਾ ਉਹਨਾਂ ਦਾ ਆ ਪਿਛਲੇ ਮੋਰਚੇ 'ਚ ਹੋਇਆ ਤੇ ਉਹ ਲੋਕ ਚਾਹੁੰਦੇ ਆ ਕਿ ਹੁਣ ਉਹ ਆਪਣੇ ਹੱਕਾਂ ਦੇ ਉੱਤੇ ਪੈਰਾ ਦੇਣ ਔਰ ਇਹਦੇ ਬਹੁਤ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਲੋਕ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਡੇ ਹੱਕਾਂ ਦਾ ਲੁੱਟ ਹੋਇਆ ਉਸ ਤੋਂ ਸੁਚੇਤ ਆ ਜਿਹੜਾ ਰਵਾਇਤੀ ਪਾਰਟੀਆਂ ਦਾ ਗਲਬਾ ਪਿਆ ਹੋਇਆ ਸੀ ਲੰਮੇ ਸਮੇਂ ਤੋਂ ਪੰਜ-ਪੰਜ ਸਾਲ ਕਰੇ ਅਕਾਲੀ ਕਦੇ ਕਾਂਗਰਸੀ ਰਾਜ ਕਰਦੇ ਸੀ ਲੱਗਦਾ ਹੈ ਲੋਕ ਨਜ਼ਾਦ ਪਾਉਣਗੇ ਸਮੇਂ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈਗਾ ਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਰਵਾਇਤੀ ਪਾਰਟੀਆਂ ਇੰਟਰਵਿਊ ਨਹੀਂ ਕਰ ਸਕ ਰਹੀਆਂ ਬਹੁਤ ਉਹਨਾਂ ਨੂੰ ਕਿੰਤੂ ਪਰੰਤੂ ਉੱਤੇ ਪਹੁੰਚ ਕੇ ਛੋਰੀ ਹੈ ਤੇ ਇਸ ਮਾਹੌਲ 'ਚ ਮੈਨੂੰ ਲੱਗਦਾ ਹੈ ਕਿ ਬਹੁਤ ਤਬਦੀਲੀ ਆਉਗੀ। ਮਾਨ ਸਾਹਿਬ ਜੇ ਦੂਜੀਆਂ ਰਵੈਤਿ ਪਾਰਟੀਆਂ ਦੀ ਗੱਲ ਕਰੀਏ ਤਾਂ ਲੋਕ ਲਭਾਉ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਆ। ਕੋਈ ਕਹਿੰਦਾ 2000 ਰੁਪਇਆ ਔਰਤਾਂ ਨੂੰ ਦੇ ਦਾਂਗਾ, ਕੋਈ ਕਹਿੰਦਾ ਸਿਲੰਡਰ ਦੇ ਦਾਂਗਾ, ਕੋਈ ਕਹਿੰਦਾ ਕਿ ਸਵਾਰ ਕਣਕ ਆਟੇ ਦਾਲ ਤੋਂ ਬਾਹਰ ਜਿਹੜਾ ਹੈ ਮੈਂ ਲੋਕਾਂ ਨੂੰ ਆਲੂ ਦੇ ਦਾਂਗਾ। ਤਾਂ ਇਹ ਜਿਹੜੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਵਾਅਦੇ ਹੋਣੇ ਚਾਹੀਦੇ ਸੀ ਉਹ ਕਿਸ ਤਰੀਕੇ ਦੇ ਨਾਲ ਵਾਅਦੇ ਹੋਣੇ ਚਾਹੀਦੇ ਸੀਗੇ? ਦੇਖੋ ਜਿਹੜੇ ਗਰੀਬਾਂ ਨੂੰ ਇਹ ਵਾਦਾ ਕਰਦੇ ਆ ਅਸੀਂ ਉਹਦੇ ਬਰਖਲਾਫ ਨਹੀਂ ਹੈਗੇ ਇਹ ਆਪਣਾ ਵੈਲਫੇਅਰ ਸਟੇਟ ਹੈ ਸਾਡੀ ਆਮ ਗੁਰੂ ਘਰ ਚੀ ਵੀ ਕਹਾਵਤ ਹੈ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਤੇ ਜੇ ਆਪਾਂ ਮੰਨੀਏ ਸਾਂਝਾ ਜਿਹੜਾ ਪੈਸਾ ਹੈ ਉਹ ਗਰੀਬਾਂ ਦੇ ਪੱਖ ਚ ਲੱਗੇ ਇਹ ਮੈਂ ਸਮਝਦਾ ਕੋਈ ਕੋਈ ਮਾੜੀ ਗੱਲ ਨਹੀਂ ਹੈਗੀ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਤੇ ਅਸੀਂ ਇਹਦੇ ਬਰਖਲਾਫ ਨਹੀਂ ਹੈਗੇ ਪਰ ਸਵਾਲ ਇਹ ਉੱਠਦਾ ਹੈਗਾ ਕਿ ਪੰਜਾਬ ਦੇ ਸਾਧਨ ਤਾਂ ਹੈ ਨਹੀਂ 30 ਲੱਖ ਤੋਂ ਉੱਤੇ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੋਇਆ ਹੈ ਜਿਹੜੇ ਮੁਲਾਜ਼ਮਾਂ ਉਹਨਾਂ ਦੀਆਂ ਤਨਖਾਹਾਂ ਟਾਈਮ ਸਿਰ ਨਹੀਂ ਆ ਰਹੀਆਂ ਹੈਗੀਆਂ ਜਿਹੜੇ ਟੈਂਪੋਰੀ ਵਰਕਰ ਰੱਖੇ ਆ ਚਾਹੇ ਉਹ ਸਫਾਈ ਕਰਮਚਾਰੀ ਚਾਹੇ ਟੀਚਰ ਉਹਨਾਂ ਨੂੰ ਕੁੱਟਕੁੱਟ ਕੇ ਮਾਰਦੇ ਆ ਸੋ ਜਿਹੜੇ ਇਹ ਵਾਅਦੇ ਸਾਨੂੰ ਕਰਦੇ ਹੈਗੇ ਅਸੀਂ ਇਹ ਜ਼ਰੂਰ ਪੁੱਛਦੇ ਆ ਕਿ ਤੁਹਾਡਾ ਇਹ ਪੂਰਾ ਕਿਵੇਂ ਹੋਊਗਾ ਸੈਂਟਰ ਕੀ ਸਾਡੇ ਲਈ ਸਾਧਨ ਦੇਊਗੀ ਤੁਸੀਂ ਆਏ ਵਾਰੀ ਸੈਂਟਰ ਪੱਖੀ ਪਾਰਟੀ ਨੂੰ ਵੋਟ ਪਾਉਨੇ ਹੋ ਪਰ ਅੱਜ ਸਾਡੇ ਪੰਜਾਬ ਦੇ ਪਾਣੀ ਲੁੱਟ ਕੇ ਬਿਨਾਂ ਪੈਸੇ ਤੋਂ ਸਾਨੂੰ ਉੱਥੇ ਲੈ ਕੇ ਜਾ ਰਹੇ ਆ ਸੋ ਇਹ ਜਿਹੜੀਆਂ ਘਾਟਾਂ ਸਾਡੇ ਸਾਹਮਣੇ ਆ ਰਹੀਆਂ ਅਸੀਂ ਸਮਝਦੇ ਹਾਂ ਕਿ ਇਹ ਉਹਨਾਂ ਨੂੰ ਜ਼ਰੂਰ ਇਹਦਾ ਜਵਾਬ ਦੇਣਾ ਚਾਹੀਦਾ ਹੈ ਤਾਂ ਹੀ ਆਪਣਾ ਕੋਈ ਫਾਇਦਾ ਹੋ ਸਕਦਾ ਚਾਹੀ ਆਪਾਂ ਇੱਕ ਸਿਹਤ ਸਰਕਾਰ ਬਣਾ ਸਕਦੇ ਜੇ ਆਪਾਂ ਭਾਜਪੀ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਨਵੇਂ-ਨਵੇਂ ਪੈਂਤੜੇ ਵਰਤੇ ਜਾ ਰਹੇ ਨੇ ਜਿਹੜੇ ਬਾਲੀਵੁੱਡ ਦੇ ਨਾਮ ਵਰ ਚੇਜੇ ਹੈਗੇ ਨੇ ਤਾਜਾ ਦੂਜੇ ਪਾਸੇ ਖੇਡ ਜਗਤ ਦੇ ਨਾਲ ਜੁੜੀਆਂ ਸ਼ਖਸੀਅਤਾਂ ਦੀ ਗੱਲ ਕਰ ਲਈਏ ਗ੍ਰੇਟ ਖਲੀ ਅਜਾਹੇ ਦੇ ਵਿੱਚ ਸ਼ਾਮਲ ਹੁੰਦੇ ਆ ਹੋਬੀ ਧਾਲੀਵਾਲ ਉਹ ਸ਼ਾਮਲ ਹੁੰਦੇ ਆ ਚਾਹੇ ਉਹ ਮੋਦੀ ਸਰਕਾਰ ਦੀ ਪਹਿਲਾਂ ਆਲੋਚਨਾ ਕਰਦੇ ਸੀ ਤਾਂ ਇਹਨਾਂ ਚਿਹਰਿਆਂ ਦਾ ਸ਼ਾਮਲ ਹੋਣਾ ਕੀ ਮੰਨਿਆ ਜਾਵੇ ਲੋਕ ਇਹਨਾਂ ਦੇ ਚਿਹਰਿਆਂ ਦੇ ਪਿੱਛੇ ਲਾ ਕੇ ਬੀਜੇਪੀ ਦਾ ਸਮਰਥਨ ਕਰ ਸਕਦੇ ਨੇ ਅ ਇਹ ਤਾਂ ਸਮਝਣ ਵਾਲੀ ਗੱਲ ਹੈਗੀ ਹੈ ਇੱਕ ਪਾਸੇ ਉਹ ਇਹ ਚਿਹਰੇ ਮੂਰੇ ਕਰਦੇ ਇੱਕ ਪਾਸੇ ਉਹ ਘਟ ਗਿਣਤੀਆਂ ਦੇ ਬਰਖਲਾ ਵਿਵਾਦ ਖੜਾ ਕਰਦੇ ਹੈਗੇ ਆ ਸੋ ਆਪਾਂ ਨੇ ਬੀਜੇਪੀ ਦੇ ਦੋਨੋਂ ਹੀ ਚਿਹਰੇ ਦੇਖੇ ਹੋਏ ਆ ਕਿ ਇੱਕ ਪਾਸੇ ਮਸ਼ਹੂਰੀ ਕਰਦੇ ਆ ਇੱਕ ਪਾਸੇ ਉਹ ਘਟ ਗਿਣਤੀਆਂ ਹੁਣ ਹਜਾਬ ਦਾ ਮੁੱਦਾ ਚੱਕਿਆ ਹੋਇਆ ਸਾਡੀ ਬੀਬੀ ਉੱਥੇ ਦਿੱਲੀ 'ਚ ਸਾੜਤੀ ਹੈਗੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਸੋ ਜਿਹੜਾ ਆਪਣਾ ਇਹਨਾਂ ਦਾ ਚਿਹਰਾ ਹੈ ਉਹ ਨੰਗਾ ਹੋ ਰਿਹਾ ਹੈਗਾ ਤੇ ਲੋਕ ਇਸ ਤੋਂ ਸੁਚੇਤ ਤੇ ਸਮਝਦੇ ਆਂ ਪੰਜਾਬ ਦੇ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹਾਂ ਜਿਹੜੇ ਪੰਜਾਬ ਦੇ ਲੋਕ ਲਗਾਤਾਰ ਰਵੈਤੀ ਪਾਰਟੀਆਂ ਦੇ ਉਪਾਸ਼ਕ ਬੰਕੇ ਚੱਲਦੇ ਰਹੇ ਨੇ ਉਹਨਾਂ ਵਾਸਤੇ ਸਨੇਹਾ ਕੀ ਲੈ ਕੇ ਆਇਓ ਅ ਸਰ ਸਿਮਰਨਜੀਤ ਸਿੰਘ ਮਾਨ ਨੇ ਤਸੀਹੇ ਤਸੱਜੋ ਚੱਲ ਕੇ ਲਾਲਚਾਂ ਸੈਂਟਰ ਦੀਆਂ ਬਥੇਰੀਆਂ ਦੇਖੀਆਂ ਪਰ ਪੰਜਾਬ ਦੇ ਜਿਹੜੇ ਮੋਢਲੇ ਮੁੱਦੇ ਹੈਗੇ ਆ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਰੈਪੇਰਿੰਗ ਕਾਨੂੰਨ ਨਦੀਨ ਪਾਣੀ ਸਾਡੇ ਇੱਥੇ ਜਿਹੜੇ ਚੰਡੀਗੜ੍ਹ ਵਾਪਸ ਲੈਣਾ ਹੈਗਾ ਔਰ ਸਾਡੇ ਆਵਾਜਾਵੀ ਪਾਕਿਸਤਾਨ ਨਾਲ ਖੋਲ ਕੇ ਉਹਰੇ ਵਪਾਰਿਕ ਸਾਂਝ ਪਾਣਾ ਉਹਦੇ ਨਾਲ ਸਾਡੀ ਆਰਥਿਕ ਦੀ ਆਰਥਿਕਤਾ ਵਧਾਉਣਾ ਤੇ ਦਿੱਲੀ ਨੂੰ ਜਾ ਕੇ ਸਪਸ਼ਟ ਰੂਪ ਚ ਕਹਿਣਾ ਕਿ ਸਾਡੇ ਹੱਕਾਂ ਦੇ ਉੱਤੇ ਅਸੀਂ ਆਪਣਾ ਪਹਿਰਾ ਰੱਖਾਂਗੇ ਤੇ ਸਾਨੂੰ ਆਪਣਾ ਬਣਦਾ ਹਿੱਸਾ ਇਸ ਨੂੰ ਮਿਲਣਾ ਚਾਹੀਦਾ ਇਹ ਇੱਕ ਦ੍ਰਿੜ ਇਰਾਦੇ ਵਾਲੇ ਹੀ ਸਾਰ ਸਿਮਰਨਜੀਤ ਸਿੰਘ ਮਾਨ ਵਰਗੇ ਉਹਨਾਂ ਦੀ ਪਾਰਟੀ ਜਿਨ੍ਹਾਂ ਨੇ ਸਾਥ ਨਿਭਾਇਆ ਹੈ ਉਹ ਕਰ ਸਕਦੇ ਆ ਤੇ ਅਸੀਂ ਪੰਜਾਬ ਪੰਜਾਬੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਜਰੂਰ ਇਹ ਮੰਦੇ ਨਜ਼ਰ ਰੱਖਦੇ ਆਤਾਂ ਸਾਡੇ ਪਾਰਟੀ ਨੂੰ ਆਪਣੀ ਕੀਮਤੀ ਵੋਟ ਪਾਉਣਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਵਰਕਰਦਾਰ ਸਰਦਾਰ ਇਮਾਨ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਜਿਹੜਾ ਸ਼ਰੂਮਨੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਨੂੰ ਉਹਨਾਂ ਦਾ ਵੱਡੀ ਤعداد ਦੇ ਵਿੱਚ ਸਮਰਥਨ ਕਰਨਾ ਚਾਹੀਦਾ ਹੈ ਤਾਂ ਦੂ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸੰਖਸ਼ੀਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ